ਖਸਤ ਖਿਲਤ ਤੇਰੇ ਦਿਉਰੇ ਆਇਆ ਅਗਲਾ ਪ੍ਰਸੰਗ ਇੱਕ ਵਾਰੀ ਦੋ ਨਿਹੰਗ ਸਿੰਘ ਸਾਈਕਲ ਤੇ ਸਫਰ ਕਰ ਰਹੇ ਸਨ ਅੱਗੋਂ ਤੇਜ਼ ਹਵਾ ਚੱਲ ਰਹੀ ਸੀ ਸਾਈਕਲ ਚਲਾਉਣਾ ਬੜਾ ਮੁਸ਼ਕਲ ਸੀ ਜੋਰ ਲਾਣਾ ਪੈ ਰਿਆ ਸੀ ਫਿਰ ਵੀ ਅੱਗੇ ਵਧਣਾ ਜ਼ਰੂਰੀ ਸੀ ਇੱਕ ਸਿੰਘ ਦੂਜੇ ਨੂੰ ਕਹਿਣ ਲੱਗਿਆ ਇਸ ਹਨੇਰੀ ਨੇ ਸਾਡਾ ਤਾਂ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ ਲੱਖ ਕੋਸ਼ਿਸ਼ ਕਰਕੇ ਵੀ ਕਿਸੇ ਠਿਕਾਣੇ ਤੇ ਨਹੀਂ ਪਹੁੰਚ ਸਕਾਂਗੇ ਨਾਲੇ ਆਪਣਾ ਕਿਹੜਾ ਕੋਈ ਪੱਕਾ ਠਗਾਣਾ ਹੈ ਜਿੱਥੇ ਰਾਤ ਪੈ ਗਈ ਦੋ ਪ੍ਰਸ਼ਾਦੇ ਛੱਕ ਕੇ ਲੰਮੇ ਪੈ ਗਏ ਨਾਲੇ ਆਪਣੇ ਕਿਹੜੇ ਨਿਆਣੇ ਰੋਂਦੇ ਨੇ ਜਾਂ ਘਰ ਵਾਲੀ ਯਾਦ ਕਰਦੀ ਹੈ ਇਉਂ ਕਹੀਏ ਅੱਜ ਸਾਈਕਲ ਵਾਪਸ ਮੋੜ ਲਈਏ ਜਿੱਧਰ ਹਵਾ ਜਾਂਦੀ ਹੈ ਉਧਰ ਨੂੰ ਚੱਲ ਪਈਏ ਬੜੇ ਸੌਖੇ ਹੋ ਕੇ ਸਫ਼ਰ ਤੈਅ ਕਰਾਂਗੇ ਜਿੱਦਣ ਉਧਰੋਂ ਹਵਾ ਦੂਜੇ ਪਾਸੇ ਨੂੰ ਚੱਲ ਪਈ ਫਿਰ ਉਹ ਦਿਨ ਵਾਪਸ ਆ ਜਾਵਾਂਗੇ ਕੀ ਵਿਚਾਰ ਹੈ ਤੁਹਾਡਾ ਹਾਂ ਵੀਰ ਜੀਓ ਗੱਲ ਤਾਂ ਠੀਕ ਐ ਚਲੋ ਪਾਓ ਵਾਪਸ ਚਲੀਏ ਮੋੜੇ ਪਾਓ ਇਹ ਗੱਲ ਭਾਵੇਂ ਸਧਾਰਨ ਜਹੀ ਜਾਂ ਕਮਲਪੁਣੇ ਵਾਲੀ ਪ੍ਰਤੀਤ ਹੁੰਦੀ ਹੋਵੇ ਪਰ ਨਿਹੰਗ ਸਿੰਘਾਂ ਦਾ ਅਜਿਹਾ ਸੁਭਾਅ ਕਿਵੇਂ ਬਣਿਆ ਕਦੀ ਸੋਚਿਆ ਹੈ ਬਹੁਤ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਬਾਗੜੀ ਲੋਹਾਰ ਪਰਿਵਾਰਾਂ ਸਮੇਤ ਆਉਂਦੇ ਜਾਂਦੇ ਅਸੀਂ ਸਾਰਿਆਂ ਨੇ ਵੇਖੇ ਨੇ ਇਹ ਕੌਣ ਹਨ ਕਦੀ ਸੋਚਿਆ ਇਹਨਾਂ ਬਾਰੇ ਇਹ ਅਜਿਹੇ ਕਿਉਂ ਬਣ ਗਏ ਇੱਕ ਛੋਟੀ ਜਿਹੀ ਬੈਲਗੱਡੀ ਵਿੱਚ ਸਾਰਾ ਘਰ ਪਰਿਵਾਰ ਰੱਖ ਲੈਂਦੇ ਨੇ ਲੋਹੇ ਦੇ ਪੀਪੇ ਚਿਮਟੇ ਖੁਰਚਣੇ ਚਾਕੂ ਛੁਰੀਆਂ ਆਦ ਬਣਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਨਾ ਬੱਚੇ ਪੜ੍ਹਨੇ ਨਾ ਕੋਈ ਸਦਾ ਵਾਸਤੇ ਕਿਤੇ ਟਿਕਾਣਾ ਬਹੁਤ ਪਹਿਲਾਂ ਮਹਾਰਾਣਾ ਪ੍ਰਤਾਪ ਜੰਗ ਵਿੱਚ ਹਾਰ ਗਿਆ ਸੀ ਖੁਦ ਜੰਗਲਾਂ ਵਿੱਚ ਚਲਾ ਗਿਆ ਸੀ ਤੇ ਹੋਰ ਬਹੁਤ ਸਾਰੇ ਸੰਗੀ ਸਾਥੀ ਵੀ ਉਸ ਦੇ ਨਾਲ ਹੀ ਜੰਗਲਾਂ ਵਿੱਚ ਚਲੇ ਗਏ ਭਾਈ ਕਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਨੂੰ ਅਣਖੀਲਾ ਤੇ ਬਹਾਦਰ ਰਾਜਾ ਆਖਿਆ ਹੈ ਇਹਨਾਂ ਨੂੰ ਦੁਬਾਰਾ ਰਾਜ ਪ੍ਰਾਪਤ ਕਰਨ ਵਿੱਚ ਸਫਲਤਾ ਨਾ ਮਿਲੀ ਲੋਕਾਂ ਦਾ ਬਹੁਮਤ ਆਪਣੇ ਨਾਲ ਜੋੜ ਨਾ ਸਕੇ ਟੱਪਰੀਵਾਸ ਜੀਵਨ ਵਿੱਚ ਹੀ ਕਈ ਪੀੜ੍hiyan ਇਹਨਾਂ ਦੀਆਂ ਖਤਮ ਹੋ ਗਈਆਂ ਕਈ ਸਦੀਆਂ ਤੋਂ ਖਾਨਾ ਬਦੋਸ ਘੁੰਮਦੇ ਬਾਗੜੀ ਲੋਹਾਰ ਬਣ ਕੇ ਰਹਿ ਗਏ ਬਾਗੜੀ ਲੋਹਾਰ ਆਪਣਾ ਖਾਨਦਾਨ ਮਹਾਰਾਣਾ ਪ੍ਰਤਾਪ ਨਾਲ ਜੋੜਦੇ ਹਨ ਗੁਰੂ ਪਿਆਰ ਵਾਲਿਓ ਕਦੀ ਗਹਿਰਾਈ ਨਾਲ ਸੋਚ ਸਮਝ ਕੇ ਵੇਖੋ ਅਗਰ ਸਿੱਖਾਂ ਨੂੰ ਮਹਾਬਲੀ ਰਣਜੀਤ ਸਿੰਘ ਨਾ ਮਿਲਦਾ ਤਾਂ ਸਿੱਖਾਂ ਨੇ ਸਰਦਾਰ ਨਹੀਂ ਬਣ ਸਕਣਾ ਸੀ ਦਰਦਰ ਦੀਆਂ ਠੋਕਰਾਂ ਖਾਣ ਵਾਲੇ ਸਿਗਲੀ ਗਿਰ ਜਾਂ ਬਾਗੜੀ ਲੋਹਾਰ ਬਣ ਕੇ ਸਿੱਖਾਂ ਨੇ ਵੀ ਇਸੇ ਤਰ੍ਹਾਂ ਦਰਦਰ ਭਟਕਦੇ ਫਿਰਨਾ ਸੀ ਹੁਣ ਆਉਂਦੇ ਹਾਂ ਲਿੰਗ ਸਿੰਘਾਂ ਦੀ ਜੀਵਨ ਸ਼ੈਲੀ ਵੱਲ ਸਿੱਖਾਂ ਦੇ ਮੋਰੀ ਲਲਾ ਨੂੰ ਬਹੁਤ ਲੰਮਾ ਅਰਸਾ ਮੁਸੀਬਤਾਂ ਵਿੱਚੋਂ ਦੀ ਗੁਜ਼ਰਨਾ ਪਿਆ ਆਪਣੇ ਵਡੇਰਿਆਂ ਤੋਂ ਨਵੀ ਪਨੀਰੀ ਉਹੀ ਸਾਰਾ ਦੁੱਖ ਦਰਦ ਵਿਰਾਸਤ ਵਿੱਚ ਪ੍ਰਾਪਤ ਕਰਦੀ ਰਹੀ ਹੈ ਜੰਗਲੀ ਵਾਸ ਸਵੇਂ ਸਿੰਘਾਂ ਦੀ ਇੱਕ ਨਵੇਕਲੀ ਘਾੜਤ ਘੜੀ ਜਾ ਰਹੀ ਸੀ ਖਾਣਾ ਪਹਿਨਣਾ ਬੋਲੀ ਬੋਲੀ ਦੀ ਥਾਂ ਇਹਨਾਂ ਦੇ ਬੋਲੇ ਸਨ ਵਿਹਾਰ ਵੇਪਰਵਾਹੀ ਜੰਗ ਲਈ ਹਰ ਸਮੇਂ ਤਿਆਰ ਘਰ ਪਰਿਵਾਰ ਦਾ ਕੋਈ ਪਤਾ ਨਹੀਂ ਅਜਿਹੇ ਗੁਣ ਕੁਝ ਢਿੰਗ ਸਿੰਘਾਂ ਨੂੰ ਵਰਸੇ ਵਿੱਚ ਮਿਲਦੇ ਰਹੇ ਹਨ ਸਮੇਂ ਦੇ ਫੇਰ ਨਾਲ ਬਹੁਤ ਸਾਰੀਆਂ ਕਮਜ਼ੋਰੀਆਂ ਇਹਨਾਂ ਵਿੱਚ ਆ ਗਈਆਂ ਉੱਪਰ ਵਰਣਨ ਦੋ ਨਹਿਗਾ ਦੀ ਮਾਨਸਿਕ ਅਵਸਥਾ ਕੁਝ ਉਸ ਤਰ੍ਹਾਂ ਦੇ ਹਾਲਾਤ ਵਿੱਚ ਢਲੀ ਹੋਣ ਕਰਕੇ ਦੁਨੀਆ ਵੱਲੋਂ ਬੇਪਰਵਾਹ ਪ੍ਰਵਾਹੀ ਦਰਸਾਉਂਦੀ ਹੈ ਜਿਵੇਂ ਸਿਗਲੀਗਰ ਜਾਂ ਬਾਗੜੀ ਲੋਹਾਰ ਹੋ ਗਏ ਹਨ ਇਸੇ ਤਰ੍ਹਾਂ ਸਿੱਖਾਂ ਵਿਚਲਾ ਵੱਡਾ ਤਬਕਾ ਨਹਿਗ ਸਿੰਘ ਹੋ ਗਏ ਹਨ ਅਗਰ ਨਾ ਸੰਭਲੇ ਤਾਂ ਸਾਰਾ ਸਿੱਖ ਪੰਥ ਬਾਗੜੀ ਲੋਹਾਰ ਬਣਾ ਦਿੱਤਾ ਜਾਵੇਗਾ ਸਰਕਾਰਾਂ ਦੀ ਨੀਤੀ ਤੋਂ ਇਸੇ ਤਰ੍ਹਾਂ ਪ੍ਰਤੀਤ ਹੁੰਦਾ ਹੈ ਪਰ ਸਾਡੇ ਲੀਡਰ ਸੰਭਲਣ ਵਾਸਤੇ ਸੁਚੇਤ ਹੋਣ ਵਾਸਤੇ ਤਿਆਰ ਨਹੀਂ ਹਨ ਮੋਰਚੇ ਤਾਂ ਬੜੇ ਲਗਵਾ ਦਿੰਦੇ ਨੇ ਪਰ ਪ੍ਰਾਪਤੀ ਕੋਈ ਨਹੀਂ ਕਰਦੇ ਸਿੱਖ ਮਾਰ ਖਾਂ ਰਹੇ ਨੇ ਕਮਜ਼ੋਰ ਹੋ ਰਹੇ ਨੇ ਹੌਸਲਾਹੀਣ ਹੋ ਰਹੇ ਨੇ ਨਸ਼ੇੜੀ ਹੋ ਰਹੇ ਨੇ ਘਰ ਘਾਟ ਉਜੜ ਰਹੇ ਨੇ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਅੰਤ ਨੂੰ ਇੱਥੇ ਸਭ ਕੁਝ ਖਤਮ ਹੁੰਦਾ ਜਾ ਰਿਹਾ ਤੇ ਇਹ ਜੇ ਸਾਰਾ ਕੁਝ ਵਿਖ ਵਾਸਤੇ ਰੂਪ ਰੇਖਾ ਤਿਆਰ ਕਰਕੇ ਨਵੇਂ ਹਾਲਾਤ ਅਨੁਸਾਰ ਸਾਡੇ ਲੀਡਰਾਂ ਨੇ ਕੋਈ ਤਿਆਰੀ ਨਾ ਕੀਤੀ ਜੇ ਆਮ ਸਿੱਖ ਨੇ ਆਪਣੇ ਆਪ ਨੂੰ ਬਚਾਉਣ ਦਾ ਰਾਹ ਨਾ ਲੱਭਿਆ ਤਾਂ ਫਿਰ ਬਾਗੜੀ ਲੋਹਾਰਾਂ ਵਾਲਾ ਹੀਲਾ ਹੋਇਆ ਹੀ ਸਮਝੋ ਤੇ ਉਜੜੇ ਤਾਂ ਅਸੀਂ ਪਹਿਲੇ ਹੀ ਪਏ ਆ ਤੇ ਹੋਰ ਜਿਹੜੀ ਥੋੜੀ ਬਹੁਤੀ ਕਸਰ ਹੈ ਉਹ ਵੀ ਪੂਰੀ ਹੋ ਜਾਵੇਗੀ ਸੋ ਸਾਰਿਆਂ ਵਾਸਤੇ ਸਾਵਧਾਨ ਹੋਣ ਦੀ ਲੋੜ ਹੈ ਆਖੋ ਸਤਨਾਮ